ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਧੰਨ ਧੰਨ ਬਾਬਾ ਬਸੌਨ ਜੀ ਦੇ ਪਵਿੱਤਰ ਅਸਥਾਨ ਪਿੰਡ ਰੁੜਕਾ ਖੁਰਦ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਜ ਮੇਲਾ ਕਰਵਾਇਆ ਗਿਆ, ਜਿਸ ਵਿੱਚ ਉੱਤਰੀ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਆਪਣਾ ਦਮਖਮ ਦਿਖਾਇਆ। ਛਿੰਜ ਮੇਲੇ ਦੌਰਾਨ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪਹਿਲਵਾਨ ਜੱਸਾ ਪੱਟੀ ਅਤੇ ਵਰੁਣ ਗੁੱਜਰ ਦਿੱਲੀ ਦਰਮਿਆਨ ਹੋਈ, ਜਿਸ ਵਿੱਚ ਜੱਸਾ ਪੱਟੀ ਜੇਤੂ ਰਿਹਾ। ਪਟਕੇ ਦੀ 2 ਨੰਬਰ ਦੀ ਕੁਸ਼ਤੀ ਜਤਿੰਦਰ ਪਟਿਆਲਾ ਅਤੇ ਤੀਰਥ ਮਾਲ ਦਰਮਿਆਨ ਹੋਈ, ਜਿਸ ਵਿੱਚੋਂ ਤੀਰਥ ਮਾਲ ਜੇਤੂ ਰਿਹਾ। ਪਟਕੇ ਦੇ 3 ਨੰਬਰ ਦੀ ਕੁਸ਼ਤੀ ਹੈਰੀ ਲੱਲੀਆਂ ਅਤੇ ਲੱਲੀ ਫਗਵਾੜਾ ਦਰਮਿਆਨ ਹੋਈ, ਜੋ ਕਿ ਬਰਾਬਰ ਰਹੀ। ਪਟਕੇ ਦੀ 1 ਨੰਬਰ ਦੀ ਕੁਸ਼ਤੀ ਵਿੱਚ ਜੇਤੂ ਪਹਿਲਵਾਨ ਨੂੰ ਬੁਲਟ ਮੋਟਰਸਾਈਕਲ ਗੁਰਵਿੰਦਰ ਸਿੰਘ USA ਪੁੱਤਰ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ। 2 ਨੰਬਰ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 41,000 ਅਤੇ 3 ਇਨਾਮ 28,000 ਰੁਪਏ ਦਿੱਤਾ ਗਿਆ। ਛਿੰਜ ਮੇਲੇ ਦੌਰਾਨ ਥਾਣਾ ਗੁਰਾਇਆਂ ਦੇ SHO ਕੇਵਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਬਿੱਲਾ UK ਨੇ ਕਿਹਾ ਕਿ 2024 ਤੱਕ ਹੋਣ ਵਾਲੇ ਛਿੰਜ ਮੇਲਿਆਂ ਦੌਰਾਨ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕਲੱਬ ਰੁੜਕਾ ਖੁਰਦ ਵੱਲੋਂ ਮੋਟਰਸਾਈਕਲ ਦੇ 1 ਇਨਾਮ ਦਿੱਤੇ ਜਾਣਗੇ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ, ਲਖਵੀਰ ਸਿੰਘ, ਅਮਰਤੇਜ ਸਿੰਘ ਖਜਾਨਚੀ, ਲਖਵੀਰ ਸਿੰਘ ਲੱਖੀ ਸੈਕਟਰੀ, SHO ਗੁਰਾਇਆਂ ਕੇਵਲ ਸਿੰਘ, ਜੋਗਾ ਵਿਲਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ।
ਬਾਬਾ ਬਸੋਨ ਜੀ ਦੁੱਧਾਧਾਰੀ ਜੀ ਨੇ ਰੁੜਕਾ ਖੁਰਦ ਜੀ ਦੇ ਸਥਾਨ ਦੇ ਉੱਪਰ ਅੱਜ ਛਿੰਝ ਮੇਲਾ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਬਹੁਤ ਹੀ ਧੂਮਧਾਮ ਦੇ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ, ਜਿਹਦੇ ਵਿੱਚ ਕਿ ਜੱਸਾ ਪੱਟੀ ਦੇ ਨਾਲ ਵਾਰਨ ਗੁੱਜਰ ਪਹਿਲੇ ਨੰਬਰ 'ਤੇ ਕੁਸ਼ਤੀ ਲੜਨਗੇ, ਜਿਨ੍ਹਾਂ ਨੂੰ ਬੁਲਟ ਮੋਟਰਸਾਈਕਲ ਦਾ ਇਨਾਮ ਦਿੱਤਾ ਜਾਊਗਾ। ਦੂਜੇ ਨੰਬਰ 'ਤੇ ਤੀਰਥ ਮਾਲ ਅਤੇ ਜਤਿੰਦਰ ਪਟਿਆਲਾ ਜਿਹੜਾ ਹੈ ਉਹ ਦੂਜੇ ਨੰਬਰ ਦੀ ਕੁਸ਼ਤੀ ਲੜਨਗੇ। ਤੀਜੇ ਨੰਬਰ 'ਤੇ ਲਾਲੀ ਫਗਵਾੜਾ ਅਤੇ ਖੈਰੀ ਲਲੀਆਂ ਦੇ ਵਿੱਚ ਤੀਜੇ ਨੰਬਰ ਦੀ ਕੁਸ਼ਤੀ ਹੋਵੇਗੀ। ਸਾਰੇ ਆਪਣੇ ਐੱਨ ਆਰ ਆਈ ਵੀਰਾਂ ਦਾ, ਗ੍ਰਾਮ ਪੰਚਾਇਤ ਰੁੜਕਾ ਖੁਰਦ ਦਾ ਪ੍ਰਧਾਨ ਜੀ, ਧੰਨ ਧੰਨ ਬਾਬਾ ਰਸੋਣ ਜੀ, ਪ੍ਰਬੰਧਕ ਕਮੇਟੀ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨਾ ਉਚੇਚੇ ਤੌਰ 'ਤੇ ਪ੍ਰਬੰਧ ਕੀਤਾ ਹੋਇਆ ਸੰਗਤਾਂ ਦੇ ਲਈ। ਲੰਗਰ ਦਾ ਪ੍ਰਬੰਧ ਵਿਸ਼ੇਸ਼ ਤੌਰ 'ਤੇ ਚੱਲ ਰਿਹਾ ਹੈ ਔਰ ਬੜੇ ਹੀ ਅਨੁਸ਼ਾਸਿਤ ਤਰੀਕੇ ਦੇ ਨਾਲ ਕੁਸ਼ਤੀ ਜਿਹੜੀ ਆ ਉਹ ਧੰਨ ਧੰਨ ਬਾਬਾ ਵਸੋਣ ਜੀ ਦੀ ਯਾਦ ਦੇ ਵਿੱਚ ਅੱਜ ਗਰਾਊਂਡ ਦੇ ਵਿੱਚ ਕਰਵਾਈ ਜਾ ਰਹੀ ਹੈ। ਅਤੇ ਸਾਰਿਆਂ ਐੱਨ ਆਰ ਆਈ ਵੀਰਾਂ ਦਾ, ਆਪਣੇ ਨਗਰ ਪੰਚਾਇਤ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਹਰ ਸਾਲ ਇਸ ਮੌਕੇ ਦੇ ਉੱਪਰ ਆ ਕੇ ਮਾਇਆ ਵੀ ਭੇਜਦੇ ਆ ਔਰ ਮੇਲੇ ਦੇ ਵਿੱਚ ਸ਼ਾਮਿਲ ਵੀ ਹੁੰਦੇ ਆ। ਪ੍ਰਧਾਨ ਜੀ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਾਰੇ ਵੀਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਿੰਡ ਦੇ ਰੁੜਕਾ ਖੁਰਦ ਨਗਰ ਦੇ ਵਿੱਚ ਹਰੇਕ ਸਾਲ ਬਾਬਾ ਬਸੋਣ ਦੇ ਮੇਲੇ 'ਤੇ ਭਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ ਅਤੇ ਉਹਦੇ ਉੱਤੇ ਨੈਕਸਟ 5 ਸਾਲ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕਲੱਬ ਵੱਲੋਂ 5 ਸਾਲ ਲਗਾਤਾਰ ਅਸੀਂ ਮੋਟਰਸਾਈਕਲ ਦੇਵਾਂਗੇ। ਬੁਲਟ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਾ ਬਾਬੇ ਬਸੋਣ ਜੀ ਦਾ, ਜਿਨ੍ਹਾਂ ਦੇ ਨਾਂ 'ਤੇ ਹਰ ਸਾਲ ਛਿੰਝ ਪੈਂਦੀ ਹੈ। ਅੱਜ ਬੜੇ ਹੀ ਇਲਾਕੇ ਦੇ ਪਹਿਲਵਾਨ ਦਿੱਲੀ ਦੁਆਬੇ ਤੋਂ ਪਹੁੰਚੇ ਸਨ, ਉਹਨਾਂ ਦਾ ਪਹਿਲਾ ਇਨਾਮ ਜੱਸਾ ਪੱਟੀ ਜੀ ਮੋਟਰਸਾਈਕਲ ਦਾ ਇਨਾਮ ਲੈ ਕੇ ਗਏ ਨੇ। ਦੂਆ ਉਹਨਾਂ ਦੇ ਨਾਲ ਪਹਿਲਵਾਨ ਸੀ, ਉਹਨਾਂ ਨੂੰ ਦੂਸਰਾ ਇਨਾਮ ਦਿੱਤਾ ਗਿਆ। ਕਮੇਟੀ ਵਾਲਿਆਂ ਵੱਲੋਂ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਸੀ। ਕਮੇਟੀ ਵਾਲਿਆਂ ਨੇ ਸਾਰੇ ਹੀ ਦਾਨੀ ਸੱਜਣਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਔਰ ਬਾਬਾ ਬਸੋਣ ਜੀ ਦੇ ਜਨਮ ਸਥਾਨ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਹਰ ਸਾਲ ਇਹ ਜਿਹੜੀ ਛਿੰਝ ਹੈ ਇਹ ਬਾਬੇ ਬਸੋਣ ਜੀ ਦੇ ਨਾਂ 'ਤੇ ਪਾਈ ਜਾਂਦੀ ਹੈ ਅਤੇ ਜੋ ਕਿ ਆਉਂਦੇ ਸਾਲ ਵੀ ਛਿੰਝ ਪੈਣੀ ਹੈ। 54 ਸਾਲਾਂ ਲਈ ਉਹਨਾਂ ਨੇ ਮੋਟਰਸਾਈਕਲਾਂ ਦੀ ਲੋਸਮੈਂਟ ਕਰਾ ਦਿੱਤੀ ਆ। ਬਲਵਿੰਦਰ ਇੰਗਲੈਂਡ ਨਿਵਾਸੀ ਸੈਨ ਆਫ ਨਿਰਮਲ ਸਿੰਘ ਸੋਹਤਾ ਜੀ ਸਵਰਗਵਾਸੀ, ਉਹਨਾਂ ਨੇ ਅੱਜ ਤੋਂ ਆਉਂਦੇ ਸਾਲ ਤੋਂ ਲੈ ਕੇ 24 ਤੱਕ ਉਹਨਾਂ ਨੇ ਮੋਟਰਸਾਈਕਲ ਦੇਣੇ ਆ। ਅਸੀਂ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਪਹਿਲਾਂ ਮਾਇਆ ਭੇਜੀ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਰੀ ਕਮੇਟੀ ਨੂੰ ਮੇਰੇ ਵੱਲੋਂ ਔਰ ਸਾਰੇ ਨਗਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ।